بسم الله الرحمن الرحيم اللهم لوليك الحجة بن الحسن صلواتك عليه وعلى آبائه في هذه الساعة وفي كل ساعة من شاوت الليل والنهار وليا محافظا وقائدا وناصرا ودليلا وإن حتى تسكنه ورزقه عطوا وتمتع فيها طويلا يا رب محمد و آل محمد صل على محمد و آل محمد و اجل فرجك من آل محمد يا كاشف الكرب عن وجه الحسين عليه السلام اکشف کربی و کرب المومنین بحق اخیک الحسین علیہ السلام اللہم صلی علی محمد و آل محمد و اجل فرج قیم آل محمد حدیث صلوات صلوات پڑھن آل انسان دے گناہ معاف ہوندن باواز بلاند صلوات پڑھو اللہم صلی علی محمد وآل محمد نعرہ تکبیر اللہ پوری کائنات دا مالک ہے باواز بلند نعرہ تکبیر نعرہ رسالت نعرہ رسالت نعرہ حیدری ختم قرآن دا ثواب حیدری حسینیت حسینیت یزیدیت یزیدیت اہل بیت دشمن تلانت پاک سیدہ دا قاتل تلانت عبادت کرو سارے صاحبان صلوات باواز بلند پڑھو دعا ہے کریم اللہ تو ڈٹو رایا قبول فرماوے عزت بی بی دا صدقہ مالک قدم قدم تے گناہ معاف فرماوے قدم قدم تے رحمت دا نزول فرماوے مالک بانیان دا جتنے بانیان ان مالک انہ دا خرچ قبول فرماوے لنگر نیاز قبول فرماوے مالک ذکر دے بدلے رزق حلال وصیت آ فرماوے جے کوئی پریشانی ہے مالک دور فرماوے جے کوئی تنگ دستی ہے مالک دور فرماوے جتھا جتھا آزادار مومن ماتمی بے اولادن مالک اولاد نرینہ تا فرماوے جو تنگ دستن مالک تنگ دستی دور فرماوے جو مکروزن مالک قرض غیب تو ادا فرماوے عزت بی بی دا صدقہ جتھ جتھ ازادار مومن ماتمی بے روزگارن کریم اللہ کربلا لین دا واسطے بہترین سونا مالک کاروبار عطا فرما کربلا مدینے والے دا صدقہ بیمارے کربلا دا صدقہ اچھی آواز نال آمین اکسو میرے استاد محترم زوار لیا کسن سمان دوانے لن تکلیف ہے بیمارن
ਮਾਲਕ ਉਹਨਾਂ ਨੂੰ ਸੀਅਤ ਅਤਾ ਫਰਮਾਵੇ। ਜਿੱਥੇ ਜਿੱਥੇ ਅਜ਼ਾਦਾਰ ਮੋਮਿਨ ਮਾਤਮੀ ਬਿਮਾਰ ਹਨ, ਬਿਮਾਰ ਕਰਬਲਾ ਦਾ ਸਦਕਾ ਮਾਲਕ ਸੀਅਤ ਅਤਾ ਫਰਮਾਵੇ। ਮਾਲਕ ਹੱਕ ਔਰ ਸੱਚ ਬੋਲਣ ਦੀ ਤੌਫੀਕ ਅਤਾ ਫਰਮਾਵੇ। ਮਾਲਕ ਗੁਨਾਹਾਂ ਤੋਂ ਦਰਗੁਜ਼ਰ ਫਰਮਾਵੇ। ਹਮੇਸ਼ਾ ਨੇਕੀ ਕਰਨ ਦੀ ਤੌਫੀਕ ਅਤਾ ਫਰਮਾਵੇ। ਸਲਵਾਤ ਬਾਬਾ ਜੇ ਬੁਲੰਦ ਪੜੋ। ਖੁਸ਼ਕਿਸਮਤ ਉਹ ਇਨਸਾਨ ਹੈ ਜਿਹਦਾ ਮੈਦਾਨ ਹੈ ਮਾਸ਼ਰ ਚ ਅਲੀ ਜੀ ਇਮਾਮ ਹੈ। ਸਿਸਾਰ ਮਛਲੀ ਤੇ ਹਮਲਾ ਕੀਤਾ ਦਰਿਆ ਦਜਲੇ ਚ। ਮਛਲੀ ਸੰਸਾਰ ਦੇ ਮੂੰਹ ਚ ਆਈ। ਮਛਲੀ ਇਰਾਦਾ ਕੀਤਾ ਮੈਂ ਅਲੀ ਕੋ ਛੱਡਾਂ, ਛੱਡਿਆ ਨਹੀਂ, ਇਰਾਦਾ ਕੀਤਾ। ਇਰਾਦਾ ਹੋ ਰਹੇ, ਛੱਡਣ ਹੋ ਰਹੇ। ਮਛਲੀ ਇਰਾਦਾ ਕੀਤਾ ਮੈਂ ਅਲੀ ਕੋ ਛੱਡਾਂ, ਇਰਾਦਾ ਕਿੱਥੇ ਕੀਤਾ? ਦਰਿਆ ਦਜਲੇ ਚ। ਮਛਲੀ ਇਰਾਦਾ ਦਰਿਆ ਦਜਲੇ ਚ ਕੀਤਾ ਮੈਂ ਅਲੀ ਕੋ ਛੱਡਾਂ ਖੈਬਰ ਦੀ ਸਰ ਜ਼ਮੀਨ ਤੇ। ਅਲੀ ਬਾਦਸ਼ਾਹ ਮਛਲੀ ਦਾ ਇਰਾਦਾ ਸਮਝਿਆ ਹੈ। ਸਾਡੇ ਉਹ ਰਹਿਬਰ ਹਨ, ਸਾਡਾ ਉਹ ਇਮਾਮ ਹੈ ਜਿਹੜਾ ਪੂਰੀ ਕੈਨਾਤਿਆਂ ਦੇ ਇਰਾਦਿਆਂ ਤੋਂ ਵਾਕਿਫ ਹੈ। ਕੈਨਾਤ ਬਣਦੀ ਰਹੀ ਹੈ ਅਲੀ ਵੇਦਰੀ ਹੈ, ਬਲਕਿ ਇਹਨਾਂ ਖਾਂ ਪੂਰੀ ਕੈਨਾਤ ਅਲੀ ਆਪਣੇ ਹੱਥਾਂ ਨਾਲ ਬਣਾਈ ਹੈ। ਮਛਲੀ ਦਾ ਛੱਡਣਾ ਹੀ ਯਾ ਅਲੀ ਮੇਰੀ ਮਦਦ ਫਰਮਾਓ। ਉਸ ਲਈ ਕੈਨਾਤ ਦਾ ਬਾਦਸ਼ਾਹ ਖੈਬਰ ਦੀ ਸਰ ਜ਼ਮੀਨ ਦੇ ਹਨ ਅਤੇ ਸਾਹਮਣੇ ਇੱਕ ਮੋਜ਼ੀ ਆਇਆ, ਸਰਕਾਰ ਨੇ ਉਹਦੇ ਕੋਲੋਂ ਨੇਜ਼ਾ ਖਸਿਆ, ਨੇਜ਼ਾ ਖਸ ਕੇ ਅਤੇ ਹਵਾ 'ਚ ਸਟਿਆ। ਮੋਜ਼ੀ ਪਰੇਸ਼ਾਨ ਹੋਇਆ, ਵੇਖ ਕੇ ਆਦਾ ਮੇਰੇ ਕੋਲ ਖਸ ਕੇ ਜ਼ਾਇਆ ਚੱਕੀਤਾ ਹੀ ਨੇ, ਹਵਾ 'ਚ ਪਰਵਾਜ਼ ਚੱਕੀਤਾ ਹੀ ਨੇ, ਤੁਹਾਨੂੰ ਪਸੰਦ ਨਹੀਂ। ਕਹਿ ਗਰੀਬ ਨੂੰ ਦੀ ਉਹ ਮੇਰੇ ਕੋਲੋਂ ਗਿਆ, ਤੁਹਾਡੇ ਕੰਮ ਨਾ ਆਇਆ, ਏਡਾ ਕੀਮਤੀ ਨੇਜ਼ਾ, ਇਹਨੂੰ ਗੌਰ ਨਾਲ ਵੇਖੋ, ਆ ਇਸ 'ਤੇ ਹੀਰੇ ਜਵਾਹਰਾਤ ਟੁਕੇ ਹੋਏ ਹਨ। ਜੇ ਗਰੀਬ ਨੂੰ ਦੀ ਉਹ ਆਚਾ ਉਹਦੀ ਗੁਰਬਤ ਦੂਰ ਹੋ ਵਣੇ ਆ। ਕਹਿ ਮਸਕੀਨ ਨੂੰ ਚੱਦੀ ਉਹ ਆ। ਕਹਿ ਨਾ ਦੇ ਇਮਾਮ ਪੈ ਫਰਮੈਂਦਨ ਮੂਜ਼ੀ, ਜਿਹੜੀ ਗੱਲ ਮੈਂ ਅਲੀ ਜਾਣਦਾ ਤੂੰ ਨਹੀਂ ਜਾਣਦਾ। ਯਾ ਅਲੀ, ਜਿਹੜੀ ਗੱਲ ਮੈਂ ਅਲੀ ਜਾਣਦਾ ਤੂੰ ਨਹੀਂ ਜਾਣਦਾ। ਹਵਾ 'ਚ ਨੇਜ਼ਾ ਸੱਟਣਾ ਹੀ ਉਹ ਜਿਹੜਾ ਨੇਜ਼ਾ ਹੀ ਨਾ ਅਲੀ ਬਾਦਸ਼ਾਹ ਹਵਾ 'ਚ ਸੱਟਿਆ, ਦਰਿਆ ਦਜਲੇ 'ਚ ਸਿਸਾਰ ਆਈ ਅਤੇ ਉਹਦੇ ਮੂੰਹ 'ਚ ਆਈ ਮਛਲੀ। ਉਹ ਇੰਨੇ ਮੂੰਹ ਮਿਲੈਂਦੀ ਪਈ ਆਈ, ਜਾਂ ਉਹ ਨੇਜ਼ਾ ਸਿਸਾਰ ਦੀ ਕੰਡ 'ਚ ਲੱਗਾ। ਜਿਹੜੇ ਚੁੱਪ ਕਰ ਗਏ ਉਹ ਜਿਹਨੂੰ ਲੱਗਾ ਪਤਾ ਉਸ ਨੂੰ ਆਈ, ਉਹਨੂੰ ਤਕਲੀਫ ਦਰਦ ਹੋਇਓ ਸੀ, ਨੇਜ਼ੇ ਦਾ ਲੱਗਣਾ ਹੀ ਕੰਡ 'ਚ ਦਰਦ ਦੀ ਵਜ੍ਹਾ ਤੋਂ ਸਿਸਾਰ ਦਾ ਮੂੰਹ ਖੁੱਲਿਆ ਹੈ। ਇਹਦਾ ਮੂੰਹ ਦਾ ਖੁੱਲਣਾ ਹੀ ਮਛਲੀ ਮੂੰਹ 'ਚੋਂ ਆਜ਼ਾਦ ਹੋਈ ਹੈ। ਮਛਲੀ ਆਜ਼ਾਦ ਹੋਈਏ ਹੁਣ, ਅੱਗੇ ਤਾਂ ਸੰਸਾਰ ਦੇ ਮੂੰਹ 'ਚ ਆਈ ਅਤੇ ਹੁਣ ਸਾਰੀਆਂ ਮਛਲੀਆਂ ਦੇ ਅੱਗੋਂ
ਇਹ ਮੱਛਲੀ ਤੈਰਦੀ ਵਧੀਏ ਤੇ ਬਾਕੀ ਦੀਆਂ ਮੱਛਲੀਆਂ ਪਿੱਛੇ ਪਿੱਛੇ ਪਰਵਾਜ਼ ਵਿੱਚ ਇਹ ਵੇਖ ਕੇ ਆਦੀਆਂ ਵੇਹਦੀਆਂ ਪਈਆਂ ਸੇ। ਜਿਹੜੇ ਵੇਲੇ ਤੁਸੀਂ ਸਾਰ ਦੇ ਮੂੰਹ ਵਿੱਚ ਆਵੇਂ, ਤੈਨੂੰ ਕਹਿ ਬਚਾਇਆ, ਬਚਾਵਣ ਵਾਲੇ ਦਾ ਨਾਂ ਤਾਂ ਦੱਸਿਆ, ਤੂੰ ਤਾਂ ਉਹਦੇ ਮੂੰਹ ਵਿੱਚ ਆਵੇਂ, ਬਚ ਕਿਵੇਂ ਗਈ ਹੈ? ਤੈਨੂੰ ਕਹਿ ਬਚਾਇਆ, ਇਸ ਮੱਛਲੀ ਆਪਣੀ ਪਰਵਾਜ਼ ਰੋਕੀ ਨਹੀਂ ਤੇ ਇੰਨੇ ਪਿੱਛਾ ਮੂੰਹ ਕਰਕੇ ਆਦੀ ਵਧੀਏ। ਅੱਜ ਸੁਣ ਲਓ, ਖੁਸ਼ ਕਿਸਮਤ ਉਹ ਇਨਸਾਨ ਉਹ ਸੀ ਜਿਹਦਾ ਮੈਦਾਨ ਮਾਸ਼ਰ ਵਿੱਚ ਅਲੀ ਇਮਾਮ ਉਹ ਸੀ। ਜਿਹਦਾ ਮੈਦਾਨ ਮਾਸ਼ਰ ਵਿੱਚ ਅਲੀ ਇਮਾਮ ਉਹ ਸੀ। ਬਖਤ ਲਿਓ, ਨਸੀਬਾਂ ਲਿਓ, ਕੁਛ ਕਰੀਮ ਅੱਲਾ ਨੇ ਤੁਹਾਨੂੰ ਅਲੀ ਜੈਸਾ ਇਮਾਮ ਅਤਾ ਕੀਤਾ, ਖੁਦਾ ਦਾ ਸ਼ੁਕਰ ਕੀਤਾ ਕਰੋ। ਤੂੰ ਜਿਤਨਾ ਹੀ ਸਜਦੇ 'ਚ ਸ਼ੁਕਰ ਕਰੇ ਖੁਦਾ ਦਾ, ਸ਼ੁਕਰ ਥੋੜ੍ਹਾ ਹੈ, ਉਸ ਮਾਲਿਕ ਦਾ ਕਰਮ ਜ਼ਿਆਦਾ ਹੈ, ਕਿਉਂਕਿ ਉਸ ਤੈਨੂੰ ਅਲੀ ਜੈਸਾ ਇਮਾਮ ਅਤਾ ਕੀਤਾ ਹੈ। ਅਲੀ ਫਕਤ ਤੇਰਾ ਮੇਰਾ ਇਮਾਮ ਨਹੀਂ, ਅਲੀ ਪੂਰੀ ਕਾਇਨਾਤ ਦਾ ਇਮਾਮ ਹੈ, ਯਾਰਾਂ ਇਮਾਮਾਂ ਦਾ ਇਮਾਮ ਹੈ, ਆਪਣੀ ਮਾਂ ਦਾ ਇਮਾਮ ਹੈ, ਆਪਣੇ ਪਿਓ ਦਾ ਇਮਾਮ ਹੈ। ਤੂੰ ਬੋਲ ਤਾਂ ਭਾਵੇਂ ਮੁੱਢ ਨਾ ਬੋਲ, ਕਬਰ 'ਚ ਤੈਨੂੰ ਪਤਾ ਲੱਗ ਸੀ ਮੈਂ ਗਵਾਹੀ ਕਹਿੰਦੀ ਦੇਵਣੀ ਹੈ। ਇਹ ਮਾਫ਼ੀ ਅਲੀ ਦੀ ਮਾਂ ਨੂੰ ਹੀ ਨਹੀਂ, ਅਲੀ ਦੀ ਮਾਂ ਫਾਤਿਮਾ ਬਿੰਤ ਅਸਦ ਬੀਬੀ ਵੀ ਜਿਹੜੇ ਵੇਲੇ ਇਮਾਮਾਂ ਦਾ ਸਵਾਲ ਹੋ ਸੀ, ਉਹੀ ਕਬਰ 'ਚ ਫਰਿਸ਼ਤਿਆਂ ਨੇ ਆਖ ਸੀ ਮੇਰਾ ਹੱਕ ਦਾ ਇਮਾਮ ਅਲੀ ਬਚੜਾ ਹੈ। ਬੇੜੀ ਵਾਲਾ ਨਾਰਾ ਨਾ ਮਾਰਿਆ ਕਰੋ, ਖੈਰ ਉਹਨੇ ਬਖਤਨ ਤੂੰ ਅਲੀ ਦਾ ਨਾਂ ਚੈਨਾ। ਅੱਛਾ, ਇਹ ਬੰਦੇ ਬੇੜੀ ਵਿੱਚ ਬੈਠੇ ਹੋਵੇ ਨਾ ਤੇ ਬੇੜੀ ਪਈ ਹੋ ਬੁੱਢਦੀ, ਠੀਕ ਹੈ, ਤੇ ਹੱਥ 'ਚ ਜਿਲੇ ਬੇੜੀ ਵੰਨੇ ਤੇ ਤੁਹਾਨੂੰ ਮੱਲਾ ਆਖੇ ਯਾਰ ਜਲਦੀ ਕਰੋ ਮੇਰੀ ਬੇੜੀ 'ਚ ਲਵੋ, ਮੇਰੀ ਤਾਂ ਬੇੜੀ ਬੁੱਢਦੀ ਪਈ ਹੈ। ਚੁੱਪ ਕਰ ਗਏ, ਮਲਾ ਆਖੇ ਆਧੇ 'ਚ ਯਾਰ ਮਿਹਰਬਾਨੀ ਕਰੋ ਮੇਰੀ ਬੇੜੀ ਪਈ ਬੁੱਢਦੀ ਏ, ਮੇਰੀ ਬੇੜੀ ਤੂੰ ਲਵੋ। ਉਸ ਵੇਲੇ ਤੁਸਾਂ ਆਖਸੋ ਤੇਰੀ ਬੇੜੀ 'ਚੋਂ ਲਵੀਏ ਅਸਾਂ ਆਪ ਬੁੱਢਣੇ ਹਾਂ, ਅਸਾਂ ਕਿਹਦੇ ਵੰਨਾ? ਅਤੇ ਉਸ ਵੇਲੇ ਜਿਹੜੇ ਬੰਦਾ ਨਾਰਾ ਮਰੇ ਜਾਂਦੇ ਨਾ, ਉਹ ਇੰਜ ਮਰੇ ਜਾਂਦੇ ਜਿਵੇਂ ਤੁਸਾਂ ਬੈਠੇ ਮਰੇ ਜਾਂਦੇ ਹੋ। ਉਹ ਅਲੀ ਦਾ ਨਾਂ ਚਾਵਣ ਨਾਲ ਬੰਦੇ ਕਲੰਦਰ ਬਣ ਵੈਂਦੇ ਨੇ, ਸਰਕਾਰ ਸ਼ਾਹ ਸ਼ਮਸ ਬਣ ਵੈਂਦੇ ਨੇ। ਅਲੀ ਦਾ ਨਾਮ ਦਾ ਅਸਰ ਹੀ ਇਤਨਾ ਤੇ ਪਾਵਰ ਹੀ ਇਤਨੀ ਹੈ। ਮੈਨੂੰ ਖੁਦਾ ਦੀ ਕਸਮ ਹੈ, ਜਿਹੜੇ ਬੰਦੇ ਹੀ ਅਲੀ ਨੂੰ ਇੱਥੋਂ ਮੰਨਿਆ ਉਸ ਇੱਥੇ ਇਸ਼ਾਈ ਕੀਤੀ, ਉਸ ਅੱਗੇ ਹੀ ਕਰਨੀ ਹੈ। ਸਰਕਾਰ ਬਹਲੋਲ, ਪੈਰਾਂ 'ਚ ਨਲੈਨ ਕੋਈ ਨਹੀਂ, ਲਿਬਾਸ ਫਟੇ ਹੋਇਆ, ਵਜੂਦ 'ਤੇ ਮਿੱਟੀਆਂ ਲੱਗੀਆਂ ਹੋਈਆਂ ਨੇ, ਅਤੇ ਹਰੂਨ ਵੇਖ ਕੇ ਆਦਾ ਸੱਕਾ ਪਿਤਰੇ ਰਾਵੇਂ, ਇਸ ਨਾਲੋਂ ਤਾਂ ਮਰ ਗਈ ਉਵੇਂ ਆ, ਇਸ ਨਾਲੋਂ ਮਰ ਗਈ ਉਵੇਂ ਆ, ਜਿਹੜੀ ਹਾਲਤ ਬਣਾਈ ਹੋਈ ਹੈ, ਲੋਕ ਮੈਨੂੰ ਤਾਨੇ ਦਿੰਦੇ ਨੇ। ਜਿਹੜਾ ਅਲੀ ਆਲਾ ਹੁੰਦਾ ਨਾ, ਉਹ ਗੈਰਤਮੰਦ ਹੁੰਦਾ ਹੈ। ਅਲੀ ਆਲਾ ਬੇਗੈਰਤ ਨਹੀਂ ਹੋ ਸਕਦਾ, ਜੇ ਵੱਤ ਉਹ ਬੇਗੈਰਤ ਹੈ ਵੱਤ ਅਲੀ ਉਹਦਾ ਇਮਾਮ ਕੋਈ ਨਹੀਂ। ਅਲੀ ਇਮਾਮ ਗੈਰਤ ਵਾਲੇ ਬੰਦੇ ਦਾ ਇਮਾਮ ਹੈ।
ਇਹ ਪੂਰੀ ਗੈਰਤ ਰੱਖਦਾ ਈ ਅਲੀਆ ਲਜ ਹਾਈ ਤੇ ਹਰੂਨ ਆਖਿਆ ਲਜ ਲਵਾਈ ਵਧਾਂ ਤੇ ਲੋਕ ਮੈਨੂੰ ਤਾਨੇ ਦਿੰਦੇ ਨੇ ਇਹ ਤੇਰਾ ਸੱਕ ਪਿਤਰੇ ਰੇ ਤੇ ਹਾਲਤ ਕੀ ਹੋ ਜਾਈ ਬਣਾਈ ਵਧਾਂ ਬਹਲੋਲ ਇਸ ਨਾਲੋਂ ਤਾਂ ਮਰ ਗਈ ਹੋਵਿਆ ਇਸ ਜ਼ਿਕਰ ਚ ਪੱਥਰ ਹੀ ਬੁਲੈਂਦੇ ਨੇ ਗੁੰਗਾ ਹੀ ਬੁਲੈਂਦੇ ਨੇ ਤੂੰ ਸਬਾਹ ਨਹੀਂ ਰੱਖਦਾ ਤੇ ਜੀਂਦਾ ਹੀ ਬੈਠਾ ਤੂੰ ਮਾਸ਼ਕੀ ਨਾਲ ਨਾ ਬੋਲੇ ਵੱਤ ਮੇਰੇ ਪੜ੍ਹਨ ਦਾ ਫਾਇਦਾ ਕੀਆ ਜਦੋਂ ਦੁਸ਼ਮਣ ਆਖਿਆ ਨਾ ਇਸ ਨਾਲੋਂ ਤਾਂ ਮਰ ਗਈ ਹੋਵਿਆ ਚੰਗੀ ਗੱਲ ਲਈ ਹੈਰਤ ਪੂਰੀ ਰੱਖਦਾ ਈ ਸ਼ਰੀਕ ਦਬੂਏ ਤੇ ਅਲੀ ਆਲਾ ਜ਼ਮੀਨ ਤੇ ਸਮ ਗਈ ਆ ਮੂੰਹ ਤੇ ਕੱਪੜਾ ਚ ਪਾਇਆ ਵੇ ਕੀ ਆਦਾ ਤੇਰਾ ਜੋ ਪ੍ਰੋਗਰਾਮ ਹੈ ਅਸਾਂ ਮਾਰਵਾਈਨੇ ਆ ਹੱਥ ਉੱਚੇ ਕਰੋ ਹੈਦਰੀ ਤੇਰਾ ਜੋ ਪ੍ਰੋਗਰਾਮ ਹੈ ਅਸਾਂ ਮਾਰਵਾਈਨੇ ਆ ਇਸ ਡਾਕਟਰ ਛੱਡਣ ਤਬੀਬ ਛੱਡਣ ਪਿਛਲੇ ਬੰਦੇ ਨਹੀਂ ਹੱਲੇ ਪੱਤ ਹਰੂਨ ਨੂੰ ਆਈ ਜਾਂਦਾ ਬੂਹੇ ਤੇ ਬੰਦਾ ਮਰ ਗਈ ਆਈ ਉਹਨੂੰ ਉੱਥੇ ਸਕਰਾਤ ਸ਼ੁਰੂ ਹੋਈ ਏ ਵੀ ਮੇਰੇ ਬੂਹੇ ਤੇ ਬੰਦਾ ਇਹ ਹੁਣੀ ਮੈਂ ਆਪ ਖੁਦ ਗ੍ਰਿਫਤਾਰ ਹੁੰਦਾ ਹਾਂ ਤਾਂ ਮੈਨੂੰ ਕੜੀਆਂ ਲੱਗਦੀਆਂ ਹੋਈਆਂ ਮੈਂ ਤਾਂ ਵਸਦਾ ਉਜੜ ਗਈ ਹਾਂ ਅਤੇ ਇੱਥੇ ਬੰਦੇ ਮੌਤ ਦਾ ਨਾਂ ਸੁਣ ਕੇ ਹੱਲੇ ਹੀ ਕੋਈ ਨਹੀਂ ਇਹ ਪਰੇਸ਼ਾਨ ਆਈ ਅਤੇ ਜਿਵੇਂ ਅਲੀ ਵਾਲਾ ਮਿੱਠੀ ਤਾਂ ਸੁੱਤ ਹੋ ਜਾਏ ਨਾ ਹਾਂ ਤਬੀਬ ਹੈ ਨਬਜ਼ਾਂ 'ਤੇ ਹੱਥ ਲਾਇਆ ਉਹਨੇ ਆਖਿਆ ਭਾਈ ਇਹ ਪੁਰਬਾਸ਼ ਹੈ ਇਹਨੂੰ ਵੱਧ ਤਸੱਲੀ ਨਾ ਆਈ ਇਸ ਆਪ ਨਬਜ਼ਾਂ 'ਤੇ ਹੱਥ ਲਾਇਆ ਇਹਨੂੰ ਤਸੱਲੀ ਹੋ ਗਈ ਵੀ ਇਹ ਪੁਰਬਾਸ਼ ਹੋ ਗਈ ਹੈ ਜਿਵੇਂ ਸਰਕਾਰ ਬਹਲੋਲ ਅਲੀ ਵਾਲਾ ਜ਼ਮੀਨ 'ਤੇ ਸੁੱਤ ਹੋ ਜਾਏ ਨਾ ਅਤੇ ਬਹਲੋਲ ਅਈਏ ਬਹਲੋਲ ਦੇ ਡਿੱਠਾ ਹਰੂਨ ਵੇਖਿਆ ਤਾਂ ਬਹਲੋਲ ਮੈਨੂੰ ਇਹ ਪਤਾ ਹੁੰਦਾ ਨਾ ਤੂੰ ਮੌਤ 'ਤੇ ਕਾਦਰ ਹੈ ਵਤ ਮੇਰੇ ਬੂਹੇ ਤੇ ਨਾ ਮਰਿਆ ਕਹੇ ਹੋਰ ਦੇ ਬੂਹੇ ਤੇ ਮਰਿਆ ਇਹ ਸ਼ਰੀਕ ਤੇ ਦੁਸ਼ਮਣ ਦਾ ਹੀ ਤਾਨਾ ਅਲੀ ਵਾਲਾ ਸੁਣ ਕੇ ਬਰਦਾਸ਼ਤ ਨਹੀਂ ਕਰ ਸਕਿਆ ਜਦੋਂ ਇਸ ਆਖਿਆ ਨਾ ਮੈਨੂੰ ਪਤਾ ਹੁੰਦਾ ਤੂੰ ਮੌਤ ਤੇ ਕਾਦਰ ਹੈ ਮੇਰੇ ਬੂਹੇ ਤੇ ਨਾ ਮਰਿਆ ਕਹੇ ਹੋਰ ਦੇ ਬੂਹੇ ਤੇ ਬੜਿਆ ਉਹ ਮੈਨੂੰ ਵੀ ਕਿਹਾ ਭਾਈ ਇਹ ਸਰਕਾਰ ਬਹਲੋਲ ਮੂੰਹ ਤੂੰ ਕੱਪੜਾ ਹੀ ਹਟਾਉਂਦਾ ਹੈ ਤੇ ਅਲੀ ਅਲੀ ਕਰਦਾ ਹੈ ਆਦਾ ਤੇਰਾ ਜੋ ਪ੍ਰੋਗਰਾਮ ਨਹੀਂ ਅਸਾਂ ਅੱਜ ਨਹੀਂ ਵੱਤ ਕਦੀ ਮਾਰ ਲਈ ਸਾਂ ਹੱਥ ਉੱਚੇ ਗਦੀਰੀ ਨਾਰਾ ਹੈਦਰੀ ਤੇਰਾ ਜੋ ਨਹੀਂ ਪ੍ਰੋਗਰਾਮ ਅਸ ਅੱਜ ਨਹੀਂ ਤੇ ਵੱਧ ਕਦੀ ਮਰ ਲਈ ਸਾਂ ਜਦੋਂ ਉੱਠਿਆ ਬਾਕੀ ਤੇ ਬੰਦੇ ਸਾਰੇ ਮਲ ਗਏ ਤੇ ਹਰੂਨ ਨੂੰ ਬੜੀ ਖੁਸ਼ੀ ਹੋਈ ਬਈ ਬਚ ਗਈ ਹਾਂ ਵੀ ਤੇ ਉੱਠੀ ਖਲਾ ਇਹ ਹੈਰਾਨ ਹੋਇਆ ਆਦਾ ਆਪਣੀ ਜ਼ਿੰਦਗੀ ਵਿੱਚ ਬੜੇ ਬੰਦੇ ਮਰਦੇ ਡਿੱਠੇ ਨੇ ਜਿਹੜੇ ਮੋਹਨ ਜੋ ਉੱਠੀ ਸਨ ਤੇ ਮਾਸ਼ਾਅੱਲਾ ਲੈ ਦੇ ਇਹ ਪਹਿਲਾ ਬੰਦਾ ਹੈ ਮੋਹ ਦੀ ਮਰਜ਼ੀ ਨਾਲ ਹੈ ਤਵੱਜੋ ਮੋਹ ਦੀ ਮਰਜ਼ੀ ਨਾਲ ਹੈ ਤੇ ਇਹ ਉੱਠਿਆ ਹੀ ਮਰਜ਼ੀ ਨਾਲ ਹੈ ਇਹ ਭਾਵੇਂ ਜੋ ਦੁਸ਼ਮਣ ਆਏ ਨਾ ਹਰੂਨ ਦੇ ਇੰਨੇ ਹੱਥ ਜੁੜੇ ਹੋਏ ਹਨ ਵੇਖਿਆ ਤਾਂ ਬਹਲੋਲ ਮਰਨ ਤੋਂ ਬਾਅਦ ਕਿਹੜਾ ਅਮਲ ਕੀਤਾ ਉੱਠੀ ਬੈਠਾ ਤੂੰ ਕਿਹੜੀ ਤਸਬੀਹ ਪੜ੍ਹੀ ਹੈ ਉੱਠੀ ਬੈਠਾ ਇਹ ਮੈਂ ਹੱਥ ਜੋੜੀ ਖਾਲਾਂ ਇਹੋ ਅਮਲ ਮੈਨੂੰ ਦੱਸ ਚਾ ਤੂੰ ਮਰਨ ਦੇ ਬਾਅਦ ਅਮਲ ਵਜ਼ੀਫਾ ਫਿਰਦ ਕੀਤਾ ਮੈਨੂੰ ਦੱਸ ਚਾ ਮੈਂ ਜੀਂਦਿਆਂ ਵਧਾ ਫੜਸਾਂ ਉਸ ਲਈ ਇੰਨੇ ਦੁਸ਼ਮਣ ਦੀ ਅੱਖ ਚ ਅੱਖ ਅਲੀ ਵਾਲੇ ਪਾ ਕੇ ਆਦੋ ਕਮਲੀ ਮਾਂ ਦੇ ਕਮਲੇ ਪੁੱਤਰਾ ਸਾਰਾ ਕੁਝ ਅਲੀ ਦੇ ਬੂਹੇ ਤੋਂ ਮਿਲਦਾ ਹੈ ਸਾਰਾ ਕੁਝ ਅਲੀ ਦੇ ਬੂਹੇ ਤੋਂ ਮਿਲਦਾ ਹੀ ਤੂੰ ਆ ਤਾਂ ਸਹੀ
ਪੂਰੀ ਕਾਇਨਾਤ ਦੇ ਵਿੱਚ ਇਹੋ ਜਿਹੇ ਕਹਿਣ ਦੇ ਹੱਦ ਹੀ ਨਹੀਂ ਜਿਵੇਂ ਕਰੀਮ ਅੱਲਾ ਸਾਨੂੰ ਦਿੱਤੇ ਨੇ, ਇਮਾਮ ਬਾਰਾਂ ਨੂੰ ਮੁਸੱਲਾ ਇੱਕ ਹੈ, ਬੋਲੋ ਇਮਾਮ ਬਾਰਾਂ ਮੁਸੱਲਾ ਇੱਕ, ਕਿਰਦਾਰ ਅਮਲ ਇੱਕ, ਪਹਿਲੇ ਆਖਿਆ ਇਹ ਸ਼ਾਇ ਹਲਾਲ ਹੈ, ਸਾਡੇ ਬਾਰਵੇਂ ਆਖਿਆ ਹਲਾਲ ਹੈ, ਪਹਿਲੇ ਆਖਿਆ ਹਰਾਮ ਹੈ, ਸਾਡੇ ਬਾਰਵੇਂ ਆਖਿਆ ਹਰਾਮ ਹੈ। ਮੈਨੂੰ ਵੀ ਖਾ ਹੀ ਪੂਰੀ ਕਾਇਨਾਤ ਦੇ ਵਿੱਚ ਕਹਿੰਦੇ ਇਮਾਮ ਤੇ ਹਾਦੀ, ਤੇਰੇ ਬਖਤਨ ਤੇ ਨਸੀਬਨ, ਮੈਨੂੰ ਕੁਰਾਨ ਦੀ ਕਸਮ ਹੈ ਇਹਨਾਂ ਦੀਆਂ ਧੀਆਂ ਨੂੰ ਮੁਸਲਮਾਨਾਂ ਇੰਜ ਮਾਰਿਆ ਕਬਰਾਂ ਮੁਲਕਾਂ ਤੇ ਬਣ ਗਈਆਂ ਨੇ। ਗਿਰੀਆ ਕੀਤਾ ਕਰ ਹੁਸੈਨ ਦਾ ਵਾਸਤੇ, ਰੁਨਾ ਕਰ ਅਲੀ ਦੀਆਂ ਧੀਆਂ ਨੂੰ। ਲੋਕ ਇਤਰਾਜ਼ ਕਰਦੇ ਨਾ ਦਿਨ, ਸ਼ੀਆ ਰੋਂਦਨ ਇੰਜ ਕਿਉਂ ਨਹੀਂ ਆਦੇ, ਮਰ ਕਿਉਂ ਨਹੀਂ ਵੈਂਦੇ, ਤੇਰੇ ਸੱਤਵੇਂ ਇਮਾਮ ਦੀਆਂ 18 ਧੀਆਂ ਨੇ। ਬੋਲੋ ਕਿਤਣੀਆਂ? 18, 19 ਪੁੱਤਰ, 18 ਧੀਆਂ। ਤੂੰ ਮੈਨੂੰ ਆਖਿਆ ਮੈਂ ਤੈਨੂੰ ਸਿਰ ਤੇ ਕੁਰਾਨ ਰੱਖ ਦੇਣਾ, ਇਹ ਕੁਰਾਨ ਤੂੰ ਘੱਟ ਕੋਈ ਨਹੀਂ, ਧੀਆਂ 18 ਨੇ। ਵਾਂਝਣਾ ਮਦੀਨੇ ਪੱਤਕ ਕਰ, 18 ਧੀਆਂ ਚੋਂ 4 ਜਾਂ 5 ਧੀਆਂ ਦੀ ਕਬਰ ਦੀ ਤਸਦੀਕ ਹੈ, ਇਹ ਬਾਕੀ ਕਿੱਥੇ ਦਫਨ ਹੋਈਆਂ? ਤਸੱਲੀ ਕੋਈ ਨਹੀਂ, ਇਤਰਾਜ਼ ਕਰਨਾ, ਤੇਰੀ ਜੋ ਵਤਨ ਤੇ ਦਫਨ ਹੈ, ਤੇਰੀ ਨੇੜੇ ਦਫਨ ਹੈ ਤੇ ਤੂੰ ਵਸਦਾ ਪਈ ਹੈ। ਕਹਿ ਦੀ ਇੱਕ ਧੀ ਪਰਦੇਸ ਚ ਮਰ ਵੰਜਣ, ਉਹ ਬੰਦਾ ਅਕਸੀ ਮੈਂ ਧੀ ਦੀ ਕਬਰ ਤੇ ਮਰ ਵੰਜਾਂ, ਮੈਂ ਵਤਨ ਤੇ ਨਾ ਵੰਜਾਂ। ਵਤਨ ਤੇ ਜੋ ਵੰਜਾਂ ਲੋਕ ਅਕਸਰ, ਇਹ ਉਹ ਬੰਦਾ ਹੈ ਜਿਹਦੀ ਧੀ ਵਤਨ ਤੇ ਦਫਨ ਨਹੀਂ ਹੋਈ। ਦੁਆ ਮੰਗੀ ਕਰੋ, ਪੁੱਤਰ ਜ਼ਖਮੀ ਹੋਵੇ, ਸ਼ਾਲਾ ਧੀ ਕਹਿ ਦੀ ਨਾ ਜ਼ਖਮੀ ਹੋਵੇ। ਪੁੱਤਰ ਜ਼ਖਮੀ ਹੋਵੇ ਨਾ ਤੇ ਪਿਓ ਆਂਦਾ ਪੁੱਤਰ ਦਾ ਜ਼ਖਮ ਹੀ ਵੇਦਾ, ਪੱਟੀਆਂ ਹੀ ਰੱਖਦਾ, ਮੁਤਮੈਨ ਹੋ ਵੈਂਦਾ। ਜਦੋਂ ਧੀ ਜ਼ਖਮੀ ਹੋ ਪਵੇ ਨਾ, ਜਿਹੜਾ ਪਿਓ ਧੀ ਦਾ ਜ਼ਖਮ ਵੇਖਣ ਨਹੀਂ ਆਉਂਦਾ, ਬਤ ਬੂਹਾ ਬੰਦ ਕਰਕੇ ਰੋਂਦਾ, ਦੁਆ ਮੰਗ ਕੇ ਆਉਂਦਾ, ਮੇਰਾ ਅੱਲਾ ਮੈਂ ਜੋ ਗਰੀਬ ਹੈ, ਮੈਂ ਕਦੀ ਫਰ ਪਮਸਾਂ, ਮੈਂ ਆਪਣੀ ਧੀ ਦਾ ਬਦਲਾ ਲਈ ਸਾਂ। ਜੇ ਡਾਢਾ ਗਰੀਬ ਹੋ ਸੀ ਬੂਹਾ ਬੰਦ ਕਰਕੇ ਰੋ ਸੀ, ਜੇ ਫਰਦੋ ਸੀ ਸੱਜਣ ਛੱਡੇ ਸੀ, ਅਕਸ ਯਾਰ ਜਲਦੀ ਆਓ ਮੈਂ ਵਸਦਾ ਉੱਜੜ ਗਈਆਂ, ਫਲਾਣੇ ਬੰਦੇ ਮੇਰੀ ਧੀ ਨੂੰ ਤਮਾਚਾ ਮਾਰਿਆ, ਮੈਂ ਸੋਣਾ ਪਈਆ ਵਸਦਾ, ਮੇਰੀ ਧੀ ਨੂੰ ਜ਼ਖਮੀ ਕਰ ਗਈ ਹੈ। ਮੁਸਲਮਾਨ ਤੂੰ ਏਡਾ ਗੈਰਤਮੰਦ ਹੋ ਗਈ ਹੈ, ਜਾਂ ਤੈਨੂੰ ਗੈਰਤ ਦੱਸੀ ਹੈ, ਤੈਨੂੰ ਉਹਦੀ ਗੈਰਤ ਨਹੀਂ ਆਉਂਦੀ, ਤੈਨੂੰ ਆਪਣੀ ਧੀ ਦੀ ਗੈਰਤ ਆਉਂਦੀ ਹੈ, ਤੈਨੂੰ ਸਜਾਦ ਦੀ ਭੈਣ ਦੀ ਗੈਰਤ ਨਹੀਂ ਆਉਂਦੀ, ਤੂੰ ਆਪਣੀ ਧੀ ਦਾ ਬਦਲਾ ਲੈਣਾ। ਹੁਸੈਨ ਗਰੀਬ ਦੀ ਸ਼ਹਾਦਤ ਦੇ ਬਾਅਦ ਇਹ ਸ਼ਿਮਰ ਕਮੀਨਾ ਮਕਤਲ ਚ ਭਜਦਾ ਵੱਧਾ। ਮੈਂ ਬਿਲਕੁਲ ਥੋੜ੍ਹਾ ਮਾ ਸਾਹਿਬ ਪੜ੍ਹਨਾ, ਜਿੱਥੋਂ ਮੌਲਵੀ ਸਾਹਿਬ ਛੋੜ ਗਏ ਮੈਂ ਉਥਾਉਂ ਦੋ ਵੈਣ ਕਰਨੇ ਨੇ। ਸ਼ਿਮਰ ਕਮੀਨਾ ਪਰੇਸ਼ਾਨ ਹੈ, ਕਦੀ ਸੱਜੇ ਤੇ ਕਦੀ ਖੱਬੇ। ਸਾਧ ਕਮੀਨਾ ਆਦਾ ਸ਼ਿਮਰ ਪਰੇਸ਼ਾਨ ਲੱਗਦਾ, ਅਦਹਾ ਕਿਉਂ? ਆਦਾ ਮੈਨੂੰ ਹੁਸੈਨ ਦੀ ਧੀ ਨਹੀਂ ਪਈ ਲੱਭਦੀ, ਮੈਂ ਹੁਸੈਨ ਦੀ ਧੀ ਨੂੰ ਵਧਾ ਖੁਲੇ ਨਾ। ਇਹ ਸਾਧ ਕਮੀਨਾ ਅੱਖੀ ਨਾਲ
ਆਦਾ ਮੈਂ ਵੇਖਾਂ ਮਕਤਲ 'ਚ ਪਿਓ ਦੀ ਲਾਸ਼ 'ਤੇ ਛੋਟੇ ਛੋਲੇ ਵਾਲ ਖੋਲ੍ਹ ਕੇ ਰੋਂਦੀ ਬੈਠੀ ਹੈ, ਇਹ ਉਦਾਂ ਹੀ ਤੁਰ ਪਈ ਹੈ। ਸੁਣ ਸੋਧੀਆਂ ਲਿਓ, ਇਹ ਪਿਓ ਦੀ ਲਾਸ਼ 'ਤੇ ਬੈਠੀ ਹੈ 4 ਸਾਲ ਦੀ ਸਯਾਦਾਦੀ, ਅਤੇ ਇਦੋਂ ਆਇਆ ਸ਼ਿਮਰ ਕਮੀਨਾ। ਜਦੋਂ ਹੁਸੈਨ ਦੀ ਧੀ ਦੀ ਦੀਦ ਸ਼ਿਮਰ 'ਤੇ ਪਈ ਹੈ ਨਾ, ਇਹ ਛੋਟੇ ਛੋਟੇ ਹੱਥ ਕੰਨਾਂ 'ਤੇ ਰੱਖਣ ਲੱਗ ਗਈ ਹੈ। ਆਦੀ ਸ਼ਿਮਰ ਮੈਨੂੰ ਮਾਰੇ ਨਹੀਂ, ਮੈਂ ਯਤੀਮ ਹਾਂ, ਯਤੀਮਾਂ ਨੂੰ ਕੋਈ ਨਹੀਂ ਮਰਿੰਦਾ। ਇਹ ਵੇਖ ਕੇ ਆਦਾ ਜਲਦੀ ਕਰ ਪਿਓ ਦੀ ਲਾਸ਼ ਛੋੜ। ਬੀਬੀ ਆਦੀ ਕਿਹਦੇ ਵੰਜਣਾ, ਇਹ ਹਰਾਮੀ ਆਦਾ ਮੈਂ ਤੈਨੂੰ ਸ਼ਾਮ ਲੈ ਵੰਜਣਾ। ਉਹ ਵੇਖ 119 ਮਸਤੂਰ ਮਹਮਲ 'ਤੇ ਸਵਾਰ ਹੋ ਗਈ ਹੈ, 119 ਮਸਤੂਰ। ਬੀਬੀ ਆਦੀ 119 ਮਸਤੂਰ ਲਈ ਵੈਨਾ, ਮੈਨੂੰ ਕਿਉਂ ਲੈ ਵੈਨਾ, ਮਜਬੂਰੀ ਦੱਸ। ਇਹ ਹਰਾਮੀ ਆਦਾ ਇਸ ਵੈਰਾਂ ਨੇ ਜੰਗਲ 'ਚ ਤੇਰਾ ਕੀ ਆ ਕੰਮ ਹੈ? ਹੁਸੈਨ ਦੀ ਧੀ ਆਦੀ ਤੈਨੂੰ ਨਹੀਂ ਪਤਾ ਇਸ ਜੰਗਲ ਦੇ ਵਿੱਚ ਇੱਕ ਮੇਰਾ ਭਰਾ ਹੈ ਜਿਹਦੀ ਉਮਰ 6 ਮਹੀਨੇ, ਉਹ ਡਰਦਾ ਹੈ, ਉਹਦੀ ਲਾਸ਼ ਗੁਲੇਸਾਂ ਛੋਟੀ ਜਿਹੀ ਕਬਰ ਬਣੇ ਸਾਂ, ਉਹਨੂੰ ਦਫਨ ਕਰਕੇ ਉਹਦੀ ਕਬਰ 'ਤੇ ਬਾਸਾਂ, ਅਤੇ ਕਬਰ 'ਤੇ ਹੱਥ ਰੱਖ ਕੇ ਆਖਸਾਂ ਅਸਗਰ ਡਰੇ ਨਹੀਂ ਭੈਣ ਕਬਰ 'ਤੇ ਬੈਠੀ ਆਈ। ਇਹ ਹਰਾਮੀਆਂ ਦਾ ਸਕੀਨਾ, ਮੈਂ 119 ਮਜ਼ਦੂਰ ਛੋੜ ਸਕਦਾ, ਮੈਂ ਤੈਨੂੰ ਨਹੀਂ ਛੋੜ ਸਕਦਾ, ਮੈਂ ਤੈਨੂੰ ਸ਼ਾਮ ਲਾਇ ਵੰਜਣਾ। ਹੁਸੈਨ ਦੀ ਧੀ ਆਦੀ ਮਜਬੂਰੀ ਦੱਸ, 119 ਮਜ਼ਦੂਰ ਛੁੜੇ ਨੇ, ਮੈਨੂੰ ਸ਼ਾਮ ਲਾਇ ਵੰਜਣਾ, ਤੇਰੀ ਕਈ ਮਜਬੂਰੀ ਹੈ। ਇਹ ਹਰਾਮੀ ਆਦਾ, ਕੱਲ੍ਹ ਤੇਰੇ ਪਿਓ ਨੂੰ ਮੈਂ ਮਾਰੀਆਂ 13 ਜ਼ਰਬਾਂ, ਅਤੇ ਤੇਰੇ ਪਿਓ ਦੀ ਸਜਦੇ 'ਚ ਹਾਏ ਨਹੀਂ ਨਿਕਲੀ, ਜਿਹੜੇ ਵੇਲੇ ਤੇਰੇ ਪਿਓ ਦੇ ਸਾਹਮਣੇ ਤੇਰੇ ਦੋਵੇਂ ਹੱਥ ਨੱਪ ਕੇ ਤੈਨੂੰ ਤਮਾਚਾ ਮਾਰਿਆ ਨਾ, ਉਸਲੇ ਤੇਰੇ ਪਿਓ ਦੀ ਸਜਦੇ 'ਚ ਹਾਏ ਨਿਕਲੀ ਹੈ, ਅਤੇ ਹੁਸੈਨ ਆਦਾ ਬੈਠਾ, ਮੇਰਾ ਅੱਲਾ ਮੈਂ ਹੁਸੈਨ ਗਰੀਬ ਹੋ ਗਈ ਹਾਂ, ਉਹ ਮੇਰਾ ਅੱਲਾ ਮੇਰੇ ਸਾਹਮਣੇ ਮੇਰੀ ਧੀ ਪਈ ਮਰੀਂਦੀ ਹੈ। ਭਲੋ ਵੇ ਮੇਰੀ ਸਹਿਣ ਰਾਜ਼ੀ ਹੋਵੇ, ਅਤੇ ਇਸ ਤੋਂ ਮੈਨੂੰ ਦੁੱਖਾਂ ਤੇ ਰੁਨੇ ਕਰੋ। ਅਜਾ ਹੀ ਡਰਦੀ ਪਈ ਹੈ ਹੁਸੈਨ ਦੀ ਤੱਸੀ ਧੀ ਸ਼ਾਮ ਵਿੱਚ, ਇਤਰਾਜ਼ ਕਰਨਾ ਸ਼ੀਆ ਰੋਂਦਨ, ਪੁੱਤਰਾਂ ਨਾਲੋਂ ਧੀਆਂ ਨਾਲ ਢੇਰ ਪਿਆਰ ਅਤੇ ਮੁਹੱਬਤ ਕੀਤੀ ਕਰ। ਮੈਂ 2 ਵਹਿਣ ਕਰਕੇ ਉੱਤੋਂ 2 ਦਰਦ ਲਵੇਣਨ ਜੋੜੀ ਦੇ, ਮੈਂ ਉਹ ਕਰਨਨ ਜਿਵੇਂ ਹੁਕਮ ਆਈ। ਰਜੁਰਨੀਆ ਸਣੀ ਨਾਨਕੀ ਨਗਰੀ ਛੁੜੈ, ਪੁੱਤਰ ਵੱਡੇ ਆਵਨੀ, ਧੀਆਂ ਛੋਟੀਆਂ ਆਵਨੀ, ਪੁੱਤਰ ਝੋਲੀਆ 'ਚ ਬੈਠੋ ਵੀ ਜਦਾਂ ਧੀ ਆਵਨੀ, ਪੁੱਤਰ ਉਠਾਵੇ ਧੀ ਬਹਾਵੇ। ਨੌਕਰਾਂ ਬਾਬਾ ਧੀ ਪੁੱਛੀ, ਬਾਬਾ ਮੈਨੂੰ ਉਠਾਇਆ ਕਿਉਂ ਆਈ? ਪੁੱਤਰਾਖੀ, ਬਾਬਾ ਮੈਨੂੰ ਉਠਾਇਆ ਕਿਉਂ ਆਈ, ਧੀ ਬਹਾਈ ਕਿਉਂ ਆਈ?
ਪੁੱਤ ਨੂੰ ਦਾ ਸੋਹਣੇ ਬਚੜਿਆ ਤੂੰ ਮੇਰੇ ਬਖਤਾਂ ਦਾ ਮਾਲਕ ਹੈ ਧੀ ਮੇਰਾ ਮੁਕੱਦਰ ਉਹਨੂੰ ਦੱਸ ਛੋੜੇ ਮੇਰੇ ਮਰਨ ਦੀ ਦੇਰ ਤੂੰ ਮੇਰੀ ਜਾਇਦਾਦ ਦਾ ਹਿਸਾਬ ਕਰੇ ਸੈਂ ਆਖ ਸੈਂ ਉਹ ਕੋਠੀ ਮੇਰੀ ਹੈ ਉਹ ਬੰਗਲਾ ਮੇਰਾ ਉਹ ਬੈਂਕ ਬੈਲੈਂਸ ਮੇਰਾ ਇੱਕ ਧੀ ਆਉਂਦੀ ਹੈ ਮਈਅਤ ਪਿਓ ਦਾ ਹੋਵੇ ਉਹ ਹਰ ਕੋਈ ਸਾਂਭਵੈਂਦਾ ਇੱਕ ਧੀ ਨਹੀਂ ਸਮਝਦੀ ਸਾਰੀ ਰਾਤ ਮੰਜੀ ਦਾ ਭਾਵਾ ਨਪਕਿਆ ਦੀ ਵੋ ਬਾਬਾ ਵਸਦੀ ਤੇਰੇ ਨਾਲ ਪਈ ਐ ਵੋ ਬਾਬਾ ਤੇਰੇ ਬਾਦ ਜਿਆ ਬਸ ਜਿਵੇਂ ਕੋਈ ਮੁਸਾਫਿਰ ਬੰਦ ਵਾਹ 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 ਜੀ ਮੈਂ ਨੌਕਰਾਂ ਜੀ ਨੌਕਰਾਂ ਜੀ ਨੌਕਰਾਂ ਕਬੂਲ ਹੋ ਗਈ ਮਜਲਿਸ ਮੇਰੀ ਸੈਨਾ ਦੀ ਹੋਵੇ ਫਲੋ ਵੀ ਉਹ ਦੀਆਂ ਲਿਆ ਮਈਅਤ ਪਿਓ ਦਾਵੇ ਹਰ ਕੋਈ ਸਮਝਦਾ ਇੱਕ ਧੀ ਨਹੀਂ ਸਮਝਦੀ ਸਾਰੀ ਰਾਤ ਮੰਜੀ ਦਾ ਪਾਵਾ ਲੱਭ ਗਿਆ ਦੀਆਂ ਧੀ ਆਵੇ ਧੀ ਦਾ ਸਿਰ ਚੁੰਮੇ
ਮਾਲ ਦੇਵੇ, ਕਦਾ ਮੁੱਲਾਂ ਦੇ ਆਖੇ ਨਾ ਲੱਗੇ। ਜਿਹੜੇ ਗਰੀਬ ਆਵੇ ਆਪਣੀ ਗਰੀਬੀ ਅੱਜ ਧੀਆਂ ਦੀ ਮਦਦ ਕੀਤੀ ਕਰ, ਮੁੱਲਾਂ ਦਾ ਥੋੜਾ ਦੇ ਥੋੜਾ ਉਹ ਦੇਵੇ ਜਿਹੜਾ ਗਰੀਬ ਹੋਵੇ, ਭਾਵੇਂ ਚਾਦਰ ਚ ਕੱਜ ਦੇਵੇ। ਜਫਰ ਦੇ ਤਮਾਲ ਦਿੱਤਾ ਕਰ, ਲੋਕ ਦਿਨ ਰਸੂਲ ਧੀ ਨੂੰ ਦਾਜ ਨਹੀਂ ਦਿੱਤਾ। ਉਹ ਮੁਸਲਮਾਨ ਆ, ਜੇ ਅਗਰ ਰਸੂਲ ਧੀ ਨੂੰ ਦਾਜ ਨਹੀਂ ਦਿੱਤਾ, ਇਹ ਕਿਹੜਾ ਦਾਜ ਆਈ ਜਿਹੜਾ ਸ਼ਾਮ ਗਰੀਬ ਲੁਟੀਦਾਰੀ ਹੈ। ਕੁਬਰਾ ਦੀ ਆਈ ਅੰਬਾ ਮੈਨੂੰ ਐ ਦੱਸ, ਬਾਬਾ ਮੇਰਾ ਦਾਜ ਕਿਉਂ ਵਧਾ ਚਵੈਂਦਾ? ਇੰਜ ਰੋ ਕਿਆ ਦੀ ਆਈ ਬਚੜਾ ਸੁਣਿਆ, ਇਹ ਵੀ ਦੀਨ ਤੇ ਲੱਗਣਾ। ਭਲੋ ਵੇ ਭਲੋ ਵੇ ਭਲੋ ਵੇ ਭਲੋ ਵੇ ਮਾਂ ਪਿਓ ਦੇ ਨਸੀਬ ਆਵੇ। ਜੀ ਨੌਕਰਾਂ ਜੀ ਨੌਕਰਾਂ ਜੀ ਨੌਕਰਾਂ ਜੀ ਨੌਕਰਾਂ, ਕਬੂਲ ਹੋ ਗਈ ਮਜਲਿਸ। ਜਿਤਨਾ ਫਰੇ ਧੀਆਂ ਨੂੰ ਮਾਲ ਦੇਵੇ, ਜਿਹੜਾ ਧੀਆਂ ਦਾ ਪਿਓ ਬੈਠੇ ਹੋ ਤੁਹਾਡੇ ਨਾਲ ਗੱਲ, ਜੇ ਸ਼ਹੂਰ ਹੋਵੀ ਅੱਖੀ ਕੰਮ ਕਰਨੀ, ਜਿਹੜੇ ਵੇਲੇ ਧੀ ਨੂੰ ਕੰਨਾਂ ਲਵੇ ਵਰ ਦੇਵੇ, ਆਪਣੇ ਹੱਥਾਂ ਨਾਲ ਪਵਾਵੇ, ਇੰਜ ਧੀ ਨੂੰ ਦੌੜ ਪਵਾਈਂਦਾ ਰਵੇ, ਸਿਰ ਚਮਕਿਆ ਕੇ ਬਚਣਾ। ਸਬਰ ਜਿਤਨਾ ਮਾਲ ਮੰਗਣੀ ਦੇਵੇ, ਇਹ ਦੌੜ ਨਾ ਦੇਵੇ। ਧੀ ਪੁੱਛੀ ਬਾਬਾ ਕਿਉਂ ਨਾ ਦੇਵਾ, ਸਿਰ ਚਮਕਿਆ ਕੇ ਮੱਥਾ ਪਿਛਲਾ ਵਕਤ ਹੋਵੀ, ਤੂੰ ਮਰ ਵੰਗੇ ਕਫਨ ਕੋਈ ਨਾ ਹੋਵੀ। ਉਹ ਦੌਰ ਸੰਭਾਲ ਰੱਖੇ ਬਚੜਾ, ਇਹ ਦੌਰ ਤੈਨੂੰ ਕਫਨ ਲੈ ਕੰਮ ਆਸੈਨ। ਉਹ ਸੀਨਾ ਤਿਆਰ ਕਰ ਜਮਾ ਤਮ ਕਰਨਾ, ਇਹ ਦੌਰ ਤਹਾਨ ਸ਼ਾਮ ਚ ਫਿਰਾ ਦੇ ਜ਼ੰਜੀਰ ਚੁੰਮਦੀ ਆਈ। ਇੰਜ ਰੋ ਗਿਆ ਦੀ ਆਈ ਸਜਾਦ ਰਾਤ ਨਾ ਰੁਨਾ ਕਰ, ਫਿਰਾ ਦਾ ਕਿਉਂ ਨਾ ਰੋਵਾ, ਭੈਣਾ ਦੀ ਆਈ ਨਾ ਰੁਨਾ ਕਰ, ਮੈਂ ਕੋਈ ਕਫਨ ਮੰਗਣਾ। ਤੈਨੂੰ ਸ਼ਾਮ ਖਾ ਗਈ ਹੈ, ਅੱਜ ਮੇਰਾ ਅਖਬਾਰ ਹੋਵੇ ਕਰ ਮਾਤਮ ਹੁਸੈਨ ਵਾਸਤੇ। ਜੀ ਮੈਂ ਤੇਰਾ ਨੌਕਰਾਂ, ਜੀ ਮੈਂ ਨੌਕਰਾਂ। ਤੂੰ ਖੂਨ ਵਧਾ ਰੋਣਾ, ਅੱਜ ਮੇਰਾ ਅਖਬਾਰ ਹੋਵੇ। ਕੋਸ਼ਿਸ਼ ਕਰੇ ਨਾ ਮਤਾਂ ਹਰ ਜਾ ਤੂੰ ਬਰਾਬਰ ਦੀ ਹੈ ਨਿਕਲ ਆਵੇ। ਮੈਂ ਪਿੰਦਾ ਤੇਰੀ ਹੰਝ, ਇਸ ਮਜਲੇ ਸੱਚ ਇੱਕ ਬੰਦਾ ਉੱਠੀ ਵੇ ਆਖਿਆ ਮੈਂ ਬਹੁ ਗਰੀਬ ਆਂ, ਮੇਰੀ ਭੈਣ ਮਰ ਗਈ ਆਈ, ਮੈਂ ਭੈਣ ਨੂੰ ਕਫਨ ਨਹੀਂ ਦਿੱਤਾ। ਇਹ ਹੋ ਹੀ ਨਹੀਂ ਸਕਦਾ, ਪੰਜ ਭਰਾ ਹੋਵੇ
ਇੱਕ ਭੈਣ ਹੋਵੇ, ਪੰਜਾਂ ਫਿਰਾਵਾਂ ਦੀ ਭੈਣ ਮਰ ਵੰਜੇ। ਵੱਡਾ ਵੱਡਾ ਫਿਰਾਕ ਸੀ ਕਫਨ ਮੈਦਾਨ, ਛੋਟਾ ਸੀ ਮੈਦਾਨ, ਜਿਹੜਾ ਸਾਰਿਆਂ ਤੋਂ ਛੋਟਾ ਉਸ ਯਾਦ ਵਧੋ ਸੀ ਕਫਨ ਮੈਦਾਨ। ਮੇਰੀ ਧੀਏ, ਮੇਰੀ ਭੈਣ, ਉਹ ਮੇਰੀ ਮਾਂ ਦੀ ਜਾਤ, ਮੈਨੂੰ ਜਾਗ ਖਿਡੈਂਦੀ ਰਹੀਏ, ਮੈਨੂੰ ਪਲੈਂਦੀ ਰਹੀਏ। ਇਹਦੇ ਢੇਰ ਉਧਾਰ ਦੇਵਣੇ ਨੇ ਕਫਨ ਮੈਦਾਨ, ਉਹ ਸੀਨਾ ਤਿਆਰ ਕਰ। ਪੰਜ ਫਿਰਾ ਇੱਕ ਮਈਆ ਤੇ ਕਫਨ ਦੇਵਣ ਨੂੰ ਤਿਆਰ ਹਨ। ਬੱਚੂੜਾ ਮਰਨ ਜੇ ਝੋਟ ਪਿਆ ਬੁਲੈਂਦਾ ਵਾ, ਸੱਜਾ ਦੀ ਭੈਣ ਸ਼ਾਮ ਦਾ ਬਾਹਰੋਂ ਮਰ ਗਈ ਹੈ, ਇੰਨਾ ਰਾਤ ਰੋ ਗਿਆ ਤਾਂ ਤੂੰ ਮਰ ਗਈ ਹੈ, ਮੇਰੇ ਕੋਲ ਕਫਨ ਕੋਈ ਨਹੀਂ। ਆਦਾ ਇੰਨਾ ਰਾਤ ਨਾ ਹੋਵੇ, ਮੈਨੂੰ ਸ਼ਾਮ ਖਾ ਗਈ ਹੈ। ਵੈਣ ਕਰੋ ਯਾਰ, ਵੈਣ ਕਰੋ, ਦੁਨੀਆਂ ਨੂੰ ਪਤਾ ਲੱਗੇ ਢਲੀ ਰਾਤ ਵੇਲੇ ਸ਼ੀਆ ਦਾ ਕੋਈ ਵੱਡਾ ਨੁਕਸਾਨ ਹੋਇਆ। ਜੀ ਮੈਂ ਨੌਕਰਾਂ, ਜੀ ਨੌਕਰਾਂ, ਆਦਾ ਖੜਾਈ ਤੂੰ ਮਰ ਗਈ ਹੈ, ਮੈਨੂੰ ਸ਼ਾਮ ਖਾ ਗਈ ਹੈ, ਨਰਾਜ ਨਾ ਹੋਵੇ। ਇਹ ਗੱਲ ਫਿਰਾ ਕੀਤੀ ਹੈ, ਫਿਰਾ ਆਖਿਆ ਮੈਨੂੰ ਸ਼ਾਮ ਖਾ ਗਈ ਹੈ। ਜਿਵੇਂ ਹੱਥਾਂ ਨੇ ਸਕੀਨਾ ਨੇ ਵੇਖਿਆ ਦੀਏ ਸਜਾਦ, ਮੇਰੀ ਬੇਕਫਨੀ ਨੂੰ ਖੂਨ ਨਾ ਰੋ। ਜ਼ਮਾਨਤ ਪਹਿਲੀ ਭੈਣਾ, ਮੈਂ ਬੇਕਫਨ ਹੋ ਕਰਾ ਲਈਆ, ਮੈਨੂੰ ਇੱਕ ਗੱਲ ਦਾ ਜਵਾਬ ਦੇ। ਛਤਰੀ ਸ਼ਹਿਰ ਚ ਬਾਬੇ ਦਾ ਕਾਤਲ ਜਲੇ ਮੈਨੂੰ ਮਰਦਾ ਆਈ, ਇਹ ਦੱਸਾ ਅੱਖੀ ਬੰਦ ਕਿਉਂ ਕਰ ਵੈਂਦਾ ਵੇ? ਰੋ ਕਿਆ ਦਾਈ ਤਾਂ ਬੰਦ ਕਰ ਵੈਂਦਾ ਹੈ। ਮੱਤ ਬਾਬੇ ਨੂੰ ਆਖੇ ਫਿਰਾ ਵੇ ਧਰੀਆ, ਮੈਂ ਮਰੀਦੀ ਰਹੀਆ, ਉਹ ਮੈਨੂੰ ਸਜਾਦ ਛੁੜਾਇਆ ਨਹੀਂ, ਉਹ ਮਿੱਟੀਆਂ ਤੇ ਜਣ ਦੇ ਲਈਆ, ਆਦੀਏ ਕੋਈ ਤਾਵਾ ਕੱਲੀ ਪਈ ਮਰੀਦੀ। ਕਰੀਮ ਅੱਲਾ ਇਬਾਦਤ ਕਬੂਲ ਫਰਮਾ, ਇੱਜ਼ਤ ਬਤੂਲ ਦਾ ਵਾਸੇ ਫੋੜੀ ਕਬੂਲ ਫਰਮਾ, ਨੌਕਰੀ ਕਬੂਲ ਫਰਮਾ, ਕਲੀਲ ਇਬਾਦਤ ਕਬੂਲ ਫਰਮਾ, 14 ਦੀ ਇੱਜ਼ਤ ਦਾ ਵਾਸਤੇ ਹੀ ਜ਼ਿਕਰ ਪਾਕ ਕਬੂਲ ਫਰਮਾ, ਮੋਮਿਨੀਨ ਦਾ ਟੁਰਾ ਕਬੂਲ ਫਰਮਾ, ਇੱਜ਼ਤ ਬਤੂਲ ਦਾ ਵਾਸਤੇ ਇੱਜ਼ਤ ਵਾਲੀ ਜ਼ਿੰਦਗੀ ਅਤਾ ਫਰਮਾ। ਕਰੀਮ ਅੱਲਾ ਆਸੂ ਆਪਣੇ ਪਾਕ ਦਰਬਾਰ 'ਚ ਮਨਜ਼ੂਰ ਅਤੇ ਮਕਬੂਲ ਫਰਮਾ, ਇੱਜ਼ਤ ਬਤੂਲ ਦਾ ਵਾਸਤੇ ਹੀ ਮੇਰਾ ਕਰੀਮ ਅੱਲਾ, ਇਨਸ਼ਾਅੱਲਾ ਇਹ ਹੰਝੂ ਉਵੇਂ ਹੋਵੇ ਜਿਹੜੇ ਹੁਸੈਨ ਦੇ ਜ਼ਖਮਾਂ ਦਾ ਇਲਾਜ ਬਣਦੇ ਨੇ। ਅੱਲਾਹੁਮਾ ਸੱਲ ਅਲਾ ਮੁਹੰਮਦ ਵਾ ਆਲ ਮੁਹੰਮਦ।